सिख सरमान सारे आपां इकट्ठे हो के आपां पूरा जिहड़े गल करके वचन करके सारिआं दे नाल इहदा पूरा जलूस कढांगे, पूरा इहदा जिहड़ा वा करांगे। बाकी सिख साहिबान जी नूं पीड़ा कि तुसीं अपने अहुदे ते बने रहो, तुसीं अपना परिवार आ ओह तुहाडा अपना घर आ, तुसीं सेवा करो, जो भी कोई उद्योगी आ ओह असीं संभालण वास्ते हैगे हां, ना खड़काउण नूं तुहाडा वीर छोटा भरा हैगा वा, जिथे भी साडी सेवा लाओगे असीं जरूर तुहाडे नाल। गुरु रूप गुरु खालसा संगत जी, जिस तरह आप जी ने सारे जान ही चुके जो कि मानयोग तख्त श्री दमदमा साहब जी के जथेदार सिंह साहब ज्ञानी हरप्रीत सिंह जी अपना इस्तीफा दे चुके हैं, तो उन्होंने श्रोमणी गुरदुआरा प्रबंधक कमेटी के प्रधान साहब जी को अपील की है कि मेरा जो इस्तीफा है मंजूर कर लिया जाए। पर मैं सिंह साहबान जी को सोशल मीडिया राही बेनती करूंगा कि तुम इदा ना करो, अपना इस्तीफा ना दो, क्योंकि तुहानू कौम ने बहुत ही सत्कार दिता वा, एक सत्कार तो तुसीं साडे मानयोग सिंह साहबान जे, तुसीं कौम तुहानू सत्कार दिंदी आ, तुहानू सारा वर्ल्ड सारा संसार सत्कार दिंदा है, देशां विदेशां दे विच तुसीं पंथ दा प्रचार कर रहे हो, समय समय के हालातां दे तुसीं ढुकवें जिहड़े आ ਉਹ ਬਿਆਨ ਦੇ ਕੇ ਤੇ ਆਪਣਾ ਕੌਮ ਨੂੰ ਜਾਗਰਤਾ ਕਰਦੇ ਰਹਿੰਦੇ ਜੇ। ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਅਸਤੀਫਾ ਨਾ ਦਿਓ। ਬਾਕੀ ਜਿਹੜੀ ਉਹ ਗੱਲ ਰਹਿ ਗਈ, ਇਹੋ ਜਿਹੇ ਆਪਣਾ ਦੱਲੇ ਬੰਦੇ ਜਿਹੜੇ ਇਹੋ ਜਿਹੇ ਨਗੱਲੇ ਬੰਦੇ ਹੁੰਦੇ ਹਨ, ਇਹਨਾਂ ਬੰਦਿਆਂ ਦੀ ਜ਼ਿਆਦਾ ਪਰਵਾਹ ਨਾ ਕਰੋ। ਇਹਨਾਂ ਨੂੰ ਸਾਂਭਣ ਵਾਸਤੇ ਖਾਲਸਾ ਪੰਥ ਹੈਗਾ ਵਾ, ਅਸੀਂ ਇਹਦੇ ਨਾਲ ਸਵੇਰੇ ਵੇਹਨੇ ਆ ਇਹਦਾ ਕੀ ਕਰਨਾ, ਜਲੂਸ ਕੱਢਾਂਗੇ ਪੂਰਾ ਇਹਦਾ, ਕਿਉਂਕਿ ਜਿਹੜਾ ਵੇਖੋ ਬਾਕੀ ਸੰਗਤ ਨੇ ਵੀ ਅੱਜ ਵੇਖ ਹੀ ਲਿਆ ਵਾ ਵੀ एक सत्कार धस्ती नूं जात बरादरी नाल के उहनूं गालां कढीਆਂ जा सकदियां, उहदियां धीआं चुकण तक दी जिहड़े बंदे इदां दे अपने गल्लां कर सकदे आ, उह बंदिआं दा समाज दे विच किंना क होर दूजे गरीब सिੱਖਾਂ वास्ते किंना क उहनां ਲਈ उहनां ਦੀ ਹਾਲ ਹੀ ਨਾਰਾ ਮਾਰਦੇ ਹੋਣੇ ਆ। ਇਹ ਕਰਕੇ ਸਵੇਰੇ ਅਸੀਂ ਅੰਮ੍ਰਿਤਸਰ ਦੇ ਵਿੱਚ ਇਕੱਠ ਕਰਕੇ ਸਾਰੇ ਜਿਹੜੇ ਸਿੱਖ ਸਹਿਬਾਨ ਸਾਰੇ ਆਪਾਂ ਇਕੱਠੇ ਹੋ ਕੇ ਆਪਾਂ ਪੂਰਾ ਜਿਹੜੇ ਗੱਲ ਕਰਕੇ ਵਚਨ ਕਰਕੇ ਸਾਰਿਆਂ ਦੇ ਨਾਲ ਇਹਦਾ पूरा जलूस कढ़ांगे, पूरा ਇਹਦਾ ਜਿਹੜਾ ਵਾ ਕਰਾਂਗੇ। बाकी सिख साहिबान जी ਨੂੰ ਪੀੜਾ ਕਿ ਤੁਸੀਂ ਆਪਣੇ ਅਹੁਦੇ ਤੇ ਬਣੇ ਰਹੋ, ਤੁਸੀਂ ਪੰਥ ਦੇ ਕੌਮ ਦੇ ਸਤਿਕਾਰਯੋਗ ਸਿੰਘ ਸਾਹਿਬਾਨ ਜੀ, ਤੁਸੀਂ ਉਹ ਜਿਹੜਾ ਤੁਹਾਡਾ ਰੁਤਬਾ ਬਰਕਰਾਰ ਰਹੂਗਾ। ਜੇ ਇਹ ਤੁਹਾਨੂੰ ਨਹੀਂ ਕਿਸੇ ਨੇ ਗਾਲਾਂ ਕੱਢੀਆਂ, ਤੁਹਾਡੀਆਂ ਬੱਚੀਆਂ ਨੂੰ ਨਹੀਂ ਡੋਲਿਆ, ਤੁਹਾਡੀ ਇਹ ਪੂਰੀ ਕੌਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਾਲ ਲੱਗੂਗੀ। ਇਹੋ ਜਿਹੇ ਬੰਦੇ ਨੂੰ ਇਹਦੀ ਜੀਭ ਦੇ ਵਿੱਚ ਕੀੜੇ ਪੈਣੇ ਚਾਹੀਦੇ ਆ ਜਿਹੜਾ ਸਿੱਖ ਸਾਹਿਬਾਨਾਂ ਦੇ ਬਾਰੇ ਇਹੋ ਜਿਹੇ ਵਚਨ ਬੋਲਦਾ। ਬਾਕੀ ਅਸੀਂ ਆਪ ਜੀ ਦੇ ਨਾਲ ਆ, ਸਾਰੀਆਂ ਜਥੇਬੰਦੀਆਂ ਸਾਰਾ ਦਲਾਂ ਪੰਥਾਂ ਦੇ ਜਾਇਦਾਰ ਤੁਹਾਡੇ ਨਾਲ ਆ, ਸਾਰੇ ਸਿੱਖ ਕੌਮ ਤੁਹਾਡੇ ਨਾਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਆ, ਸਾਡੀ ਆਪਣੀ ਸੰਸਥਾ ਹੈ, ਤੁਸੀਂ ਉਹਦੇ ਵਿੱਚ ਜੰਮੇ ਪਲੇ, ਤੁਹਾਨੂੰ ਸਾਰਾ ਉੱਥੋਂ ਤੁਸੀਂ ਆਪਣਾ ਸਤਿਕਾਰ ਦਿੰਦੇ ਜੇ। ਵਾਰ-ਵਾਰ ਜਦੋਂ ਤੁਸੀਂ ਇਸਤੀਫਾ ਦਿੱਤਾ ਸੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਅਹੁਦੇ ਤੋਂ, ਉਸ ਵੇਲੇ ਵੀ ਤੁਸੀਂ ਕਿਹਾ ਵੀ ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਵੀ ਤੁਸੀਂ ਕਹਿ ਰਹੇ ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਤੁਹਾਡਾ ਆਪਣਾ ਪਰਿਵਾਰ ਆ, ਉਹ ਤੁਹਾਡਾ ਆਪਣਾ ਘਰ ਆ, ਤੁਸੀਂ ਸੇਵਾ ਕਰੋ, ਜੋ ਵੀ ਕੋਈ ਉਨੀਕੀ ਆ ਉਹ ਅਸੀਂ ਸੰਭਾਲਣ ਵਾਸਤੇ ਹੈਗੇ ਹਾਂ, ਨਾ ਖੜਕਾਉਣ ਨੂੰ ਤੁਹਾਡਾ ਵੀਰ ਛੋਟਾ ਭਰਾ ਹੈਗਾ ਵਾ, ਜਿੱਥੇ ਵੀ ਸਾਡੀ ਸੇਵਾ ਲਾਓਗੇ ਅਸੀਂ ਜ਼ਰੂਰ ਤੁਹਾਡੇ ਨਾਲ ਖੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।